हाँ जी सत श्री अकाल जी सारिआं नूं मेरा भरा अज आपां तुहानूं दिखाईए खेतीबाड़ी का काम ग्रीस दे विच किद्दां हुंदा पट्ठे वड हुंदे पए आ पिछे ते शाम दे वज गए आ 6:30 फोरमैन भाजी हुणे लगे आ पट्ठे वड्डण ते तुहानूं दिखालदे आ बाकी ये सारे पट्ठे हुण सुका के ते इहनां दे फिर रोल बना लैणे आ रोल बना के फिर गाइयां नूं पाउणे आ इह लगे आ पिछे जॉन डीयर ते मैं दिखालदा बाकी आ के अगे आ इन तंगा लाती आ हले 15-20 मिनट होए पट्ठे वड़द्यां नूं इधर देखो वो कंपैन भी उधर आ गई है पट्ठे वड़न वाली वो लगी है उधर वड़न पट्ठे ते अपना ट्रैक्टर इधर इधर नाली साडा फार्म बाकी तुहानूं इधरला व्यू भी दिखा दईए नीले आसमान ते इधर देखो ये जवी जवी बीजी सी हुण इस तो बाद इत्थे आपां बीजनी आ मक्की जवी बीजी सी ते वड़ दित्ती आ हुण तुहानूं कोल जाके बाकी मैं दिखा दिंदा ये पट्ठे वड्ढण वाला जंतर स्पैशल लिआंदा आ सैनोलिकी तों ओह मंडियां जिद्दां आपणे पंजाब च लगदियां हुंदियां ना उत्थे इत्थे मंडी लगदी हुंदी आ ते आ सिर्फ पट्ठे वड्ढण वास्ते आ ਲੈ ਗਈ ਨਾਲੇ ਥੱਲੇ ਜੈਕ ਲੱਗੇ ਹੁਣ ਨੱਕ ਚੱਕ ਹੋ ਜਾਣਾ ਜਦੋਂ ਧਾਂਗ ਪੂਰੀ ਹੋ ਗਈ ਹੁਣ ਉਧਰਲਾ ਪਾਸਾ ਰਹਿ ਗਿਆ ਬਸ ਬਾਕੀ ਆਪਾਂ ਤੁਹਾਨੂੰ ਦੱਸ ਦਈਏ ਕਿ ਜੇ ਗਰੀਸ ਦੇ ਵਿੱਚ ਜਿਹੜਾ ਵੀ ਮੇਰਾ ਭਰਾ ਆਉਂਦਾ ਸਭ ਤੋਂ ਸੌਖਾ ਕੰਮ ਜੇ ਤੁਸੀਂ ਕਰਨਾ ਉਹ ਹੈਗਾ ਆਪਣੇ ਡੈਰੀ ਫਾਰਮਾਂ ਦਾ ਫਾਰਮਾਂ ਦਾ ਕੋਈ ਵੀ ਆ ਜਿੱਦਾਂ ਭਾਵੇਂ ਆਹ ਗਾਈਆਂ ਦਾ ਫਾਰਮ ਹੋ ਗਿਆ ਅਤੇ ਭੇਡਾਂ ਦਾ ਫਾਰਮ ਹੋ ਗਿਆ ਸੂਰਾਂ ਦਾ ਫਾਰਮ ਹੋ ਗਿਆ ਫਾਰਮ ਦੇ ਵਿੱਚ ਕੰਮ ਸੌਖਾ ਹੁੰਦਾ ਮਹੀਨੇ ਦੀ ਮਹੀਨੇ ਤੁਹਾਨੂੰ ਵਧੀਆ ਸੈਲਰੀ ਮਿਲ ਜਾਂਦੀ ਆ ਅਤੇ ਜੇ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਆ ਖੇਤੀਬਾੜੀ ਦਾ ਕੰਮ ਭਰਾ ਬਹੁਤ ਔਖਾ ਆ ਅਤੇ ਜੇ ਤੁਸੀਂ 1 ਨੰਬਰ ਦੇ ਵਿੱਚ ਆਉਂਦੇ ਆ ਉਹਦੇ ਲਈ ਮੇਰਾ ਭਰਾ ਜਦੋਂ ਤੁਹਾਡਾ ਕਾਰਡ ਬਣ ਜਾਂਦਾ ਉਦੋਂ ਬਹੁਤ ਚਾਂਸ ਹੁੰਦੇ ਆ ਵਧੀਆ ਕੰਮ ਮਿਲ ਜਾਂਦੇ ਜੇ ਕੋਈ ਸਕਿੱਲ ਤੁਹਾਨੂੰ ਕੋਈ ਕੰਮ ਆਉਂਦਾ ਆ ਜਿਹੜੇ ਮੇਰੇ ਭਰਾਵਾਂ ਨੂੰ ਨਹੀਂ ਕੋਈ ਕੰਮ ਆਉਂਦਾ ਉਹਨਾਂ ਨੂੰ ਡੈਰੀ ਫਾਰਮ ਦਾ ਕੰਮ ਹੋ ਗਿਆ ਅਤੇ ਜਾਂ ਫਿਰ ਕੀ ਕਹਿੰਦੇ ਆ ਡਿਲੀਵਰੀਆਂ ਦਾ ਕੰਮ ਹੋ ਗਿਆ ਇਹ ਜਿਹਨਾਂ ਦੇ ਪੇਪਰ ਹੁੰਦੇ ਆ ਠੀਕ ਆ ਮੇਰਾ ਵੀਰ ਬਾਕੀ ਤੁਸੀਂ ਬਲੌਗ ਦੇਖਦੇ ਆ ਆਪਣਾ ਟਾਈਮ ਕੱਢ ਕੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਹੋਰ ਵੀ ਵੀਡੀਓ ਬਣਾ ਕੇ ਪਾਵਾਂਗੇ ਇੰਨੀ ਕੁ ਵੀਡੀਓ ਦੇਖਣ ਲਈ ਮੇਰਾ ਭਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ